ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਤੁਹਾਨੂੰ ਕੈਂਪਿੰਗ 'ਤੇ ਲੈ ਕੇ ਚੱਲਦੇ ਹਾਂ ਬੋ ਵੈਲੀ ਪ੍ਰੋਵਿੰਸ਼ਨਲ ਪਾਰਕ। ਇਹ ਕੈਲਗਰੀ ਕੈਨੇਡਾ ਤੋਂ 104 ਕਿਲੋਮੀਟਰ 'ਤੇ ਹੈ, ਨੌਰਥ ਵੈਸਟ ਵਾਲੀ ਸਾਈਡ 'ਤੇ। ਅਤੇ ਕਹਿ ਲਓ ਵੀ ਇੱਥੇ ਇੱਕ ਘੰਟਾ ਲੱਗਦਾ ਇੱਥੇ ਪਹੁੰਚਣ ਨੂੰ। ਇਹ ਬੋ ਰਿਵਰ ਦੇ ਕਿਨਾਰੇ 'ਤੇ ਇੱਕ ਬਹੁਤ ਹੀ ਖੂਬਸੂਰਤ ਜਗ੍ਹਾ ਹੈ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਆਪਣੇ ਰਾਈਟ ਸਾਈਡ ਦੇ ਉੱਤੇ ਬੋ ਰਿਵਰ ਹੈ ਅਤੇ ਲੈਫਟ ਸਾਈਡ ਦੇ ਉੱਤੇ ਆਪਾਂ ਹੁਣ ਜਾ ਰਹੇ ਹਾਂ। ਇੱਥੋਂ ਪਾਰਕ ਸ਼ੁਰੂ ਹੋ ਚੁੱਕਿਆ ਹੈ। ਮੌਸਮ ਅੱਜ ਬਹੁਤ ਹੀ ਸੁਹਾਵਣਾ ਹੈ ਅਤੇ ਲੋਕ ਕਾਫ਼ੀ ਜ਼ਿਆਦਾ ਕੈਂਪਿੰਗ 'ਤੇ ਆਏ ਹੋਏ ਨੇ। ਆਹ ਦੇਖੋ ਆਪਣੇ ਰਾਈਟ ਸਾਈਡ ਦੇ ਉੱਤੇ ਵੀ ਲੱਗੇ ਹੋਏ ਨੇ ਕੈਂਪ। ਹੁਣ ਆਪਾਂ ਆਪਣੇ ਵਾਲੇ ਟਿਕਾਣੇ 'ਤੇ ਪਹੁੰਚ ਚੁੱਕੇ ਹਾਂ। ਇਹ ਆਪਣੇ ਇੱਥੇ ਦੋਸਤ ਨੇ ਮਿਸਟਰ ਪ੍ਰਿਤਪਾਲ, ਉਹਨਾਂ ਨੇ ਪਹਿਲਾਂ ਹੀ ਇਹ ਜਗ੍ਹਾ ਬੁੱਕ ਕਰਾਈ ਹੋਈ ਸੀ। ਜਦ ਅਸੀਂ ਪਹੁੰਚੇ ਤਾਂ ਹੈਰੀ ਸੰਧੂ ਜੀ ਸਾਡਾ ਇੰਤਜ਼ਾਰ ਕਰ ਰਹੇ ਸੀ। ਆਹ ਸਾਡੇ ਵਰਮਾ ਜੀ ਉਤਰੇ ਨੇ ਹੁਣ ਗੱਡੀ 'ਚੋਂ, ਹੈਲੋ ਕਰ ਰਹੇ ਨੇ ਆਪਾਂ ਨੂੰ। ਜਗ੍ਹਾ ਬਹੁਤ ਹੀ ਖੂਬਸੂਰਤ ਹੈ, ਇੱਕ ਕੈਮਰਾ ਘੁਮਾ ਕੇ ਤੁਹਾਨੂੰ ਦਿਖਾਉਣਾ ਚਾਰੇ ਪਾਸੇ। ਫੈਸਿਲਿਟੀ ਹਰ ਤਰ੍ਹਾਂ ਦੀ ਇੱਥੇ ਹੈਗੀ ਹੈ। ਸਾਹਮਣੇ ਵਾਸ਼ਰੂਮ ਬਣੇ ਹੋਏ ਨੇ। ਥੋੜ੍ਹਾ ਹਨੇਰਾ ਜਿਹਾ ਪੈਣਾ ਸ਼ੁਰੂ ਹੋ ਗਿਆ, ਹੁਣ ਆਪਾਂ ਡਿਸਾਈਡ ਕੀਤਾ ਕਿ ਸਮਾਨ ਲਾ ਕੇ ਆਪਾਂ ਆਪਣੇ ਟਿਕਾਣੇ 'ਤੇ ਪਹੁੰਚੀਏ। ਦੋ ਕੈਂਪ ਸਾਈਟਾਂ ਬੁੱਕ ਕਰੀਆਂ ਹੋਈਆਂ ਨੇ, ਜਿੱਥੇ ਕਿ ਆਪਾਂ ਆਪਣਾ ਸਾਰਾ ਸਮਾਨ ਜਿਹੜਾ ਖਾਣ ਪੀਣ ਦਾ ਨਾਲ ਲੈ ਕੇ ਆਏ ਉੱਥੇ ਰੱਖਦੇ ਹਾਂ। ਅਸੀਂ ਕੁੱਲ ਮਿਲਾ ਕੇ ਅੱਜ ਇੱਥੇ 6 ਜਣੇ ਹੈ। ਚਾਰ ਕੁ ਜਣੇ ਸਾਡੇ ਚੋਂ ਜਿਹੜੇ ਨੇ ਉਹ ਮਿਸ ਮਾਰ ਗਏ, ਉਹਨਾਂ ਨੇ ਵੀ ਅੱਜ ਆਉਣਾ ਸੀਗਾ। ਲੈ ਵੀ ਵਰਮਾ ਵੀ ਆ ਗਿਆ। ਏ ਵਰਮਾ ਜੀ, ਵਰਮਾ ਜੀ ਨੇ ਸਲਾਹ ਦਿੱਤੀ ਹੈ ਵੀ ਖਾਣਾ ਆਪਾਂ ਦਰਿਆ ਦੇ ਕਿਨਾਰੇ 'ਤੇ ਬਣਾਵਾਂਗੇ। ਆਹ ਵਾਲੀ ਸਾਈਡ ਦੇ ਉੱਤੇ ਹੁਣ ਆਪਾਂ ਖਾਣਾ ਬਣਾਵਾਂਗੇ ਅਤੇ ਟੈਂਟ ਦੂਜੀ ਸਾਈਡ 'ਤੇ ਆਪਾਂ ਲਾਵਾਂਗੇ। ਕਹਿੰਦੇ ਆਹ ਜਗ੍ਹਾ ਕਾਫੀ ਖੂਬਸੂਰਤ ਹੈ ਵੀ ਇੱਥੇ ਹੀ ਆਪਾਂ ਬਣਾਵਾਂਗੇ ਅਤੇ ਇੱਥੇ ਹੀ ਢੋਲੇ ਦੀਆਂ ਗਾਵਾਂਗੇ। ਟੈਂਟ ਲਾਉਣ ਦਾ ਸੰਧੂ ਸਾਹਿਬ ਨੇ ਡਿਸਾਈਡ ਕੀਤਾ। ਇਹ ਕਹਿੰਦੇ ਵੀ ਦਰੱਖਤਾਂ ਦੇ ਵਿਚਾਲੇ ਜੇ ਆਪਾਂ ਟੈਂਟ ਲਾਉਂਦੇ ਹਾਂ ਤਾਂ ਕਿ ਜਿਹੜੀ ਉੱਤੇ ਵਾਲੀ ਤਰਪਾਲ ਹੈ ਵੀ ਉਹ ਆਪਾਂ ਦਰੱਖਤਾਂ ਨਾਲ ਸਾਈਡਾਂ 'ਤੇ ਬੰਨ ਦਾਂਗੇ। ਇਹਨਾਂ ਦੇ ਦੋ ਬੇਟੇ ਵੀ ਨਾਲ ਨੇ, ਇਹਨਾਂ ਨੂੰ ਨਾਲ ਨਾਲ ਟ੍ਰੇਨਿੰਗ ਵੀ ਦੇਈ ਜਾ ਰਹੇ ਨੇ। ਇੱਥੇ ਰੇਲਵੇ ਦਾ ਟਰੈਕ ਵੀ ਕੋਈ ਨੇੜੇ ਲੱਗਦਾ, ਆਵਾਜ਼ ਹੀ ਆ ਰਹੀ ਹੈ ਰੇਲ ਗੱਡੀ ਦੀ। ਉੱਧਰੋਂ ਪਾਲ ਸਾਡਾ ਕਿਚਨ ਦਾ ਸਮਾਨ ਲੱਭੀ ਜਾਂਦਾ, ਕਹਿੰਦਾ ਕੜਛੀ ਦਾ ਘਰ ਹੀ ਰਹਿ ਗਈ। ਚਿੰਤਾ 'ਚ ਪੈ ਗਿਆ ਵੀ ਹੁਣ ਬੱਕਰਾ ਕਿਵੇਂ ਬਣੂ। ਹੁਣ ਵਰਮਾ ਜੀ ਦੀ ਡਿਊਟੀ ਲੱਗੀ ਆ ਵੀ ਤੁਸੀਂ ਜਦ ਨੂੰ ਆਲੂ ਪਿਆਜ਼ ਚੀਰ ਕੇ ਰੱਖੋ ਅਤੇ ਅਸੀਂ ਕੜਛੀ ਲੈ ਕੇ ਆਉਂਦੇ ਹਾਂ। ਕੈਨੇਡਾ ਦੇ ਹਰ ਇੱਕ ਜਿਹੜਾ ਕੈਂਪਿੰਗ ਗਰਾਊਂਡ ਹੁੰਦੀ ਹੈ ਜਾਂ ਕੈਂਪਿੰਗ ਪਾਰਕ ਹੁੰਦਾ, ਉਹਦੇ 'ਚ ਇੱਕ ਆਹ ਸਟੋਰ ਹੁੰਦਾ ਜਿੱਥੇ ਕਿ ਜ਼ਰੂਰੀ ਚੀਜ਼ਾਂ ਸਾਰੀਆਂ ਮਿਲਦੀਆਂ ਨੇ। ਤੁਸੀਂ ਕੈਂਪਿੰਗ ਨਾਲ ਸੰਬੰਧਿਤ ਕੋਈ ਵੀ ਸਮਾਨ ਇੱਥੋਂ ਖਰੀਦ ਸਕਦੇ ਹਾਂ। ਅਸੀਂ ਹੁਣ ਇੱਥੋਂ ਕੜਛੀ ਲੈ ਕੇ ਵਾਪਸ ਜਾਵਾਂਗੇ। ਹਨੇਰਾ ਜਿਹਾ ਹੋ ਚੱਲਿਆ ਅਤੇ ਹੁਣ ਆਪਾਂ
ਆਪਣੇ ਵਾਪਸ ਜਗ੍ਹਾ 'ਤੇ ਪਹੁੰਚਦੇ ਹਾਂ। ਜਦ ਨੂੰ ਹੈਰੀ ਸਾਹਿਬ ਨੇ ਵੀ ਆਪਣਾ ਮਿਸ਼ਨ ਕੰਪਲੀਟ ਕਰਤਾ, ਟੈਂਟ ਲੱਗ ਚੁੱਕਿਆ ਅਤੇ ਹੁਣ ਮਿਸਟਰ ਪਾਲ ਜਿਹੜੇ ਨੇ ਸਾਡੇ ਉਹ ਬੱਕਰੇ ਨਾਲ ਦੋ ਦੋ ਹੱਥ ਹੋ ਰਹੇ ਨੇ। ਕੱਲ੍ਹ ਸਵੇਰ ਨੂੰ ਤੁਹਾਨੂੰ ਆਪਾਂ ਲੈ ਕੇ ਚੱਲਾਂਗੇ ਟਰੋਲ ਫਾਲ ਦੀ ਹਾਈਕ ਦੇ ਉੱਤੇ, ਅਤੇ ਹੁਣ ਅਸੀਂ ਆਪਣਾ ਥੋੜ੍ਹਾ ਮਨੋਰੰਜਨ ਕਰਦੇ ਹਾਂ, ਨਾਲ ਸ਼ੇਅਰ ਕਰਦੇ ਹਾਂ ਤੁਹਾਡੇ ਵੀ। ਹੁਣ ਹੈਰੀ ਸਾਹਿਬ ਮੋੜ 'ਚ ਆ ਚੁੱਕੇ ਨੇ, ਇਹਨਾਂ ਨੂੰ ਰਿਕੁਐਸਟ ਕਰਦੇ ਹਾਂ ਗਾਣਾ ਸੁਣਾਉਣ ਲਈ। ਤਬੀਅਤ ਪੀਣ ਤੇ ਹਾਏ ਹਾਏ, ਜੇ ਕੁਛ ਚਿਰ ਜੀਣ ਤੇ ਜੇ ਆ ਗਈ ਤੇ ਕੀ ਕਰਾਂਗੇ। ਸੁਰਾਹੀ ਪੰਨ ਚੁੱਕੇ ਹਾਂ, ਪਿਆਲੇ ਤੋੜ ਬੈਠੇ ਹਾਂ। ਸੁਰਾਹੀ ਪੰਨ ਚੁੱਕੇ ਹਾਂ, ਪਿਆਲੇ ਤੋੜ ਬੈਠੇ ਹਾਂ। ਜੇ ਪੀ ਕੇ ਵੀ ਉਹ ਚੇਤੇ ਆ ਗਈ ਤੇ ਕੀ ਕਰਾਂਗੇ। ਤਬੀਅਤ ਪੀਣ ਤੇ ਹਾਏ ਹਾਏ, ਜੇ ਕੁਛ ਚਿਰ ਜੀਣ ਤੇ ਜੇ ਆ ਗਈ ਤੇ ਕੀ ਕਰਾਂਗੇ। ਕਹਿੰਦੇ ਇੱਥੇ ਜੰਗਲਾਂ 'ਚ ਭਾਲੂ ਆ ਜਾਂਦੇ ਨੇ, ਉਹਦੇ ਕਰਕੇ ਜਿਹੜਾ ਬਚਿਆ ਹੋਇਆ ਖਾਣਾ ਉਹਨੂੰ ਆਪਾਂ ਡੰਪ ਕਰਨਾ ਹੁੰਦਾ। ਗੁੱਡ ਮਾਰਨਿੰਗ ਦੋਸਤੋ, ਅੱਜ ਸਾਡਾ ਸੈਕਿੰਡ ਡੇ ਆ ਕੈਂਪਿੰਗ ਦਾ। ਸਵੇਰ ਹੋ ਚੁੱਕੀ ਹੈ, ਚਾਰੇ ਪਾਸੇ ਦੇਖੋ ਕਿੱਡਾ ਸੋਹਣਾ ਮੌਸਮ ਹੋਇਆ, ਹਵਾ ਦੀ ਆਵਾਜ਼ ਗੂੰਜ ਰਹੀ ਹੈ, ਨਦੀ ਦੇ ਵਗਦੇ ਪਾਣੀ ਦੀ ਆਵਾਜ਼ ਕੰਨਾਂ 'ਚ ਮਿਠਾਸ ਘੋਲ ਰਹੀ ਹੈ, ਜਿਹੜੀ ਕਿ ਸ਼ਬਦਾਂ 'ਚ ਆਪਾਂ ਬਿਆਨ ਨਹੀਂ ਕਰ ਸਕਦੇ। ਇੱਥੋਂ ਫਿਰ ਅਸੀਂ ਹੁਣ ਬ੍ਰੇਕਫਾਸਟ ਕਰਨ ਤੋਂ ਬਾਅਦ ਚਾਲੇ ਪਾਉਂਦੇ ਹਾਂ ਹਾਈਕ ਵਾਲੀ ਜਗ੍ਹਾ 'ਤੇ। ਟਰੋਲ ਫਾਲ ਇੱਥੋਂ ਦੀ ਇੱਕ ਬਹੁਤ ਹੀ ਵਧੀਆ ਅਤੇ ਮਸ਼ਹੂਰ ਹਾਈਕ ਹੈ। ਸਾਹਮਣੇ ਆਪਣੇ ਰੌਕੀ ਮਾਊਂਟੇਨਸ ਦਾ ਦ੍ਰਿਸ਼। ਸਾਹਮਣੇ ਜਿਹੜਾ ਪਹਾੜ ਦਿਖ ਰਿਹਾ ਉੱਥੇ ਪੱਟੀਆਂ ਜਿਹੀਆਂ ਬਣੀਆਂ ਹੋਈਆਂ ਨੇ, ਉੱਥੇ ਸਕੀਇੰਗ ਹੁੰਦੀ ਹੈ ਸਰਦੀਆਂ ਦੇ ਵਿੱਚ। ਲਓ ਜੀ, ਆਪਾਂ ਪਹੁੰਚ ਚੁੱਕੇ ਹਾਂ ਜਿੱਥੋਂ ਆਪਣੇ ਟਰੈਕ ਸਟਾਰਟ ਹੋਣਾ। ਕੈਨਾਨਾਸਕਸ ਕਾਉਂਟੀ ਦੇ ਵਿੱਚ ਇਹ ਸਟੋਨੀ ਟ੍ਰੇਲ ਹੈਡ, 1 ਮਈ ਤੋਂ ਇਹਦੀ ਜਿਹੜੀ ਹੈਗੀ ਹੈ ਹਾਈਕ ਸਟਾਰਟ ਹੁੰਦੀ ਹੈ।
ਪੌਲ ਨੇ ਦੱਸਿਆ ਵੀ ਆਹ ਜਿਹੜਾ ਗੇਟ ਲੱਗਿਆ ਹੋਇਆ ਅਫੀਸ਼ੀਅਲ ਵਹੀਕਲਸ ਵਾਸਤੇ, ਹੁਣ ਆਪਾਂ ਤੁਰਦੇ ਹਾਂ ਅੱਗੇ ਨੂੰ, ਮੌਜ ਮਸਤੀ ਕਰਦੇ। ਇਹ ਜਿਹੜਾ ਰੀਜਨ ਹੈ ਕੈਨਾਨਾਸਕਸ ਕਾਊਂਟੀ, 5.4 ਕਿਲੋਮੀਟਰ ਦਾ ਰਾਊਂਡ ਟ੍ਰਿਪ ਹੈ ਅਤੇ ਕਰੀਬ ਘੰਟਾ ਡੇਢ ਘੰਟਾ ਲੱਗ ਜਾਂਦਾ, ਡੇਢ ਕੁ ਘੰਟਾ ਲੱਗ ਜੂਗਾ ਆਪਾਂ ਨੂੰ ਗੇੜਾ ਕੱਢ ਕੇ ਆਉਣ ਨੂੰ। ਇੱਕ ਆਹੀ ਪੁਆਇੰਟ ਹੈ ਜਿੱਥੋਂ ਆਪਾਂ ਦੂਰ ਤੱਕ ਇਹਦੀ ਬਿਊਟੀ ਦੇਖ ਸਕਦੇ ਹਾਂ, ਬਾਕੀ ਤਾਂ ਸਾਰਾ ਜੰਗਲ ਹੈ, ਆਲੇ ਦੁਆਲੇ ਉੱਚੇ ਉੱਚੇ ਦਰੱਖਤ ਨੇ। ਆਪਣੇ ਖੱਬੇ ਹੱਥ ਆ ਝੌਂਪੜੀ ਜੀ ਬਣਾ ਰੱਖੀ ਹੈ ਜਿਹੜੀ, ਇਹ ਦਰੱਖਤ ਜਿਹੜੇ ਸੁੱਕ ਜਾਂਦੇ ਨੇ ਜਾਂ ਗਿਰ ਜਾਂਦੇ ਨੇ ਹਵਾ ਦੇ ਨਾਲ, ਉਹਨਾਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਰੱਖ ਦਿੰਦੇ ਨੇ ਇਹ। ਇੱਕ ਮੈਂ ਹੋਰ ਇੱਥੇ ਦੇਖਿਆ, ਅੰਗਰੇਜ਼ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਹਾਈਕ ਕਰਨਾ ਸਿਖਾਉਂਦੇ ਨੇ, ਆਪਣੇ ਨਾਲ ਲੈ ਕੇ ਆਏ ਹੋਏ ਨੇ। ਅੱਜ ਅਸੀਂ 7 ਸਤੰਬਰ ਨੂੰ ਇੱਥੇ ਆਏ ਹਾਂ। ਇਸ ਮਹੀਨੇ ਮੌਸਮ ਬਹੁਤ ਵਧੀਆ ਹੁੰਦਾ ਅਤੇ ਫਾਲ ਦਾ ਫਲੋ ਵੀ ਕਹਿੰਦੇ ਇਸ ਮਹੀਨੇ ਕਾਫੀ ਵਧੀਆ ਹੁੰਦਾ। ਬੇਸਿਕਲੀ ਇਹ ਇੱਕ ਨੇਚਰ ਵਾਕ ਹੈ ਅਤੇ ਬਹੁਤ ਵੱਡੀ ਹਾਈਕ ਵੀ ਨਹੀਂ ਹੈਗੀ। ਇਹ ਫਸਟ ਪੁਆਇੰਟ ਤੱਕ ਜਿਹੜੀ ਫਸਟ ਟਰੋਲ ਫਾਲ ਦਾ ਫਸਟ ਪੁਆਇੰਟ ਹੈ, ਉੱਥੇ ਬਜ਼ੁਰਗ ਵੀ ਬੜੇ ਆਰਾਮ ਨਾਲ ਜਾ ਸਕਦੇ ਨੇ। ਰਸਤੇ 'ਚ ਨਾਲ ਨਾਲ ਮਾਰਕਿੰਗ ਕੀਤੀ ਹੋਈ ਹੈ, ਦੱਸਿਆ ਹੋਇਆ ਵੀ ਆਹ ਰਸਤਾ ਹੈ ਤਾਂ ਕਿ ਕੋਈ ਭਟਕੇ ਨਾ। ਹੋ ਸਕਦਾ ਜਦ ਕਿਤੇ ਬਰਫ਼ ਪੈ ਜਾਂਦੀ ਹੈ ਤਾਂ ਇੱਦਾਂ ਦੀ ਪ੍ਰੋਬਲਮ ਇੱਥੇ ਆਉਂਦੀ ਹੋਵੇ ਵੀ ਲੋਕ ਇੱਧਰ ਉੱਧਰ ਚਲੇ ਜਾਂਦੇ ਹੋਣ। ਇਸ ਕਰਕੇ ਸਰਕਾਰ ਨੇ ਬਹੁਤ ਵਧੀਆ ਕੰਮ ਕਰਿਆ ਹੋਇਆ, ਰਸਤੇ ਦੇ ਨਾਲ ਨਾਲ ਮਾਰਕਿੰਗ ਕਰੀ ਹੋਈ ਹੈ। ਆਹ ਇੱਥੇ ਮੈਪ ਲੱਗਿਆ ਹੋਇਆ, ਇੱਥੋਂ ਆਪਾਂ ਦੇਖ ਸਕਦੇ ਹਾਂ ਵੀ ਇੱਥੋਂ ਦੋ ਰਸਤੇ ਨੇ ਵੀ ਆਪਾਂ ਕਿਹੜੇ ਪਾਸੇ ਨੂੰ ਜਾਣਾ। ਰਸਤੇ 'ਚ ਮੈਂ ਦੇਖ ਰਿਹਾ ਛੋਟੇ ਛੋਟੇ ਜਿਹੇ ਝਰਨੇ ਨੇ ਸਾਈਡ ਦੇ ਉੱਤੇ, ਇਹਨਾਂ 'ਤੇ ਨਾ ਲੱਕੜੀ ਦੇ ਪੁਲ ਬਣੇ ਹੋਏ ਨੇ। ਇਹ ਉੱਪਰ ਤੱਕ ਜਾਂਦੇ ਹੋਏ 7 ਪੁਲ ਗਿਣੇ ਨੇ ਮੈਂ। ਸਾਹਮਣੇ ਹੁਣ ਆਪਾਂ ਦੇਖ ਰਹੇ ਹਾਂ ਫਾਲਸ ਨੂੰ, ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਹੈ। ਆਲੇ ਦੁਆਲੇ ਪਹਾੜ ਨੈਚੁਰਲ ਤਰੀਕੇ ਨਾਲ ਹੀ ਕੱਟੇ ਹੋਏ ਨੇ ਇਹ। ਹਰ ਵਾਰ ਕਹਿੰਦੇ ਜਦੋਂ ਆਪਾਂ ਇੱਥੇ ਆਈਦਾ ਤਾਂ ਇਹ ਫਾਲਸ ਆਪਣਾ ਅਲੱਗ ਹੀ ਰੂਪ ਦਿਖਾਉਂਦੇ ਨੇ। ਇੱਥੋਂ ਹੁਣ ਆਪਾਂ ਫਾਲਸ ਦੀ ਸੈਕਿੰਡ ਸਟੇਜ 'ਤੇ ਜਾਂਦੇ ਹਾਂ, ਆ ਪੁਲ ਕ੍ਰੋਸ ਕਰਕੇ। ਇੱਥੋਂ ਥੋੜ੍ਹੀ ਡਿਫੀਕਲਟ ਚੜ੍ਹਾਈ ਚੜ੍ਹਦੀ ਹੈ। ਚਲੋ ਜੀ ਆਪਾਂ ਹੁਣ ਫਿਰ ਅੱਗੇ ਚੱਲ ਕੇ ਦੇਖਦੇ ਹਾਂ, ਹੌਲੀ ਹੌਲੀ ਤੁਰ ਚੱਲਦੇ ਹਾਂ ਉੱਪਰ ਨੂੰ ਅਤੇ ਸਾਈਡ 'ਤੇ ਵੀ ਆਪਾਂ ਮਨਮੋਹਕ ਦ੍ਰਿਸ਼ਾਂ ਦਾ ਆਨੰਦ ਲੈਂਦੇ ਜਾਂਦੇ ਹਾਂ। ਆ ਸਰਦੀਆਂ 'ਚ ਬਰਫ਼ ਤੋਂ ਸਲਿੱਪ ਹੋਣ ਦੇ ਡੇਂਜਰ ਦੇ ਨਿਸ਼ਾਨ ਲੱਗੇ ਹੋਏ ਨੇ ਅਤੇ ਰਸਤਾ ਵੀ ਕਾਫ਼ੀ ਤੰਗ ਹੈ। ਦੇਖੋ ਹੁਣ ਕਾਫ਼ੀ ਜ਼ਿਆਦਾ ਹਾਈਕ 'ਤੇ ਆਪਾਂ ਪਹੁੰਚ ਚੁੱਕੇ ਹਾਂ। ਇੱਥੇ ਹੁਣ ਅੱਪਰ ਫਾਲ ਦੀ ਆਵਾਜ਼ ਸੁਣਨੀ ਸ਼ੁਰੂ ਹੋ ਗਈ, ਉਹ ਸਾਹਮਣੇ ਦਿਖ ਵੀ ਰਹੀ ਹੈ ਹੁਣ। ਇਹਦੇ ਆਪਾਂ ਫਾਲ ਦੀ ਬੈਕ ਸਾਈਡ 'ਤੇ ਜਾ ਕੇ ਦੇਖਾਂਗੇ। ਇਸ ਟਾਈਮ ਪਾਣੀ ਦਾ ਫਲੋ ਕਾਫੀ ਵਧੀਆ ਹੈ। ਕੰਪੈਰੀਜ਼ਨ ਵਾਸਤੇ ਮੈਂ ਤੁਹਾਨੂੰ ਸਰਦੀਆਂ ਵਿੱਚ ਕਿਵੇਂ ਦੀ ਇਹ ਫਾਲ ਦਿਖਦੀ ਹੈ, ਜੰਮੀ ਹੋਈ ਦੀ ਫੋਟੋ ਵੀ ਪਾਉਣਾ। ਉਹਦੀ ਖੂਬਸੂਰਤੀ ਅਲੱਗ ਹੁੰਦੀ ਹੈ ਉਸ ਟਾਈਮ ਦੀ।
ਹੁਣ ਆਪਾਂ ਟ੍ਰੋਲ ਫਾਲ ਦੀ ਥਰਡ ਸਟੇਜ 'ਤੇ ਚੱਲਦੇ ਹਾਂ, ਜਿਹੜੀ ਕਿ ਹੋਰ ਵੀ ਕਾਫੀ ਉੱਚੀ ਚੜ੍ਹਾਈ 'ਤੇ ਆ। ਇਹਨੂੰ ਮੈਰਮੌਟ ਕ੍ਰੀਕ ਪ੍ਰੋਫਾਈਲ ਵੀ ਕਹਿੰਦੇ ਨੇ। ਮੈਰਮੌਟ ਕ੍ਰੀਕ ਨੂੰ ਇੱਕ ਲੁਕਿਆ ਹੋਇਆ ਖਜ਼ਾਨਾ ਵੀ ਕਿਹਾ ਜਾਂਦਾ, ਹਿਡਨ ਜੈਮ, ਜਿਹੜਾ ਕਿ ਕੈਨਾਨਾਸਕਸ ਵਿਲੇਜ ਅਤੇ ਨਕਿਸਕਾ ਸਕੀ ਏਰੀਆ ਦੇ ਸੈਂਟਰ ਦੇ 'ਚ ਪੈਂਦਾ। ਇੱਥੋਂ ਜੇ ਅੱਗੇ ਆਪਾਂ ਤੁਰੀ ਜਾਈਏ ਤਾਂ ਨਕਿਸਕਾ ਸਕੀ ਏਰੀਆ ਆ ਜਾਂਦਾ। ਪਾਉਲ ਸਾਹਿਬ ਸਾਡੇ 'ਚੋਂ ਹਿੰਮਤੀ ਹੈ, ਦੇਖੋ ਸਭ ਤੋਂ ਅੱਗੇ ਹੌਲੀ ਹੌਲੀ ਤੁਰਿਆ ਜਾ ਰਿਹਾ ਹੈ, ਅਸੀਂ ਤਾਂ ਡਰਦੇ ਡਰਦੇ ਜੇ ਚੜ੍ਹ ਰਹੇ ਹਾਂ। ਮੇਰਾ ਤਾਂ ਖੈਰ ਇਹ ਫਸਟ ਐਕਸਪੀਰੀਅੰਸ ਹੈ ਕੈਂਪਿੰਗ 'ਤੇ ਆਉਣ ਦਾ। ਲਓ ਜੀ, ਇਹਨਾਂ ਨੇ ਸਾਈਨ ਦਿਖਾ ਤਾ ਵੀ ਇੱਥੇ ਟ੍ਰੇਲ ਦਾ ਜਿਹੜਾ ਐਂਡ ਹੋ ਰਿਹਾ, ਤਾਂ ਆਪਾਂ ਹੁਣ ਇੱਥੇ ਅੱਧਾ ਕੁ ਘੰਟਾ ਬੈਠਾਂਗੇ, ਆਲੇ ਦੁਆਲੇ ਦਾ ਨਜ਼ਾਰਿਆਂ ਦਾ ਆਨੰਦ ਲਵਾਂਗੇ। ਸੰਧੂ ਸਾਹਿਬ, ਹੈਰੀ ਸੰਧੂ ਕਹਿ ਰਹੇ ਨੇ ਕਿ ਮੈਂ ਇੱਥੇ ਨਹਾ ਕੇ ਜਾਣਾ, ਬੈਗ ਵੀ ਚੱਕੀ ਫਿਰਦੇ ਨੇ, ਕੱਪੜੇ ਨੇ ਨਾਲ, ਪਰ ਮੈਨੂੰ ਲੱਗਦਾ ਵੀ ਪਾਣੀ 'ਚ ਹੱਥ ਪਾ ਕੇ ਘਬਰਾ ਗਏ ਵੀ ਇਹ ਤਾਂ ਜ਼ਿਆਦਾ ਹੀ ਠੰਡਾ। ਵਾਪਸੀ ਅਸੀਂ ਦੂਸਰੇ ਰੂਟ ਤੋਂ ਲਈ ਹੈ, ਤਾਂ ਕਿ ਮੇਰੇ ਮਨ 'ਚ ਸੀਗਾ ਵੀ ਤੁਹਾਨੂੰ ਇੱਧਰਲੇ ਪਾਸੇ ਦੀ ਵੀ ਖੂਬਸੂਰਤੀ ਦਿਖਾਈਏ। ਥੋੜ੍ਹਾ ਪਲੇਨ ਏਰੀਆ, ਜਿੱਥੋਂ ਕਿ ਆਲੇ ਦੁਆਲੇ ਪਹਾੜ ਦਿਖਦੇ ਨੇ। ਇਹਨਾਂ 'ਚ ਇੱਕ ਇੱਥੇ ਕੈਨੇਡਾ ਦੀ ਜਿਹੜੀ ਆ ਮਸ਼ਹੂਰ ਚੋਟੀ ਮਾਊਂਟ ਕੈਲਮਬੋਲਾ ਵੀ ਦਿਖਾਈ ਦੇ ਰਹੀ ਹੈ ਸਾਹਮਣੇ। ਆਪਣੇ ਰਸਤੇ 'ਚ ਬੈਰੀਅਰ ਲੇਕ ਹੈ ਜੀ, ਇਹਦੇ 'ਤੇ ਵੀ ਇੱਕ ਪੰਛੀ ਝਾਤ ਮਾਰ ਲਓ, ਬਹੁਤ ਹੀ ਖੂਬਸੂਰਤ ਲੇਕ ਹੈ। ਬੋ ਰਿਵਰ ਦਾ ਪਾਣੀ ਇੱਥੇ ਰੋਕ ਕੇ ਡੈਮ ਬਣਾ ਕੇ ਇਹ ਲੇਕ ਬਣਾਈ ਗਈ ਹੈ, ਜਿਹੜੀ ਕਿ ਹਾਈਵੇ 40 ਦੇ ਨਾਲ ਨਾਲ ਚੱਲਦੀ ਹੈ। ਉਮੀਦ ਕਰਦਾ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਫੇਰ ਮਿਲਦੇ ਹਾਂ ਜੀ, ਤਦ ਤੱਕ ਲਈ ਰੱਬ ਰਾਖਾ।